ਅਸਲਾਮੁਅਲੈਕੁਮ, ਮੈਂ ਵਾਂ ਤੁਹਾਡਾ ਆਪਣਾ ਪੀ ਕੇ ਰਣਵਰੀਤ ਅਤੇ ਮੇਰੇ ਬਹੁਤ ਹੀ ਪਿਆਰੇ ਅਤੇ ਬੱਬਰ ਸ਼ੇਰ ਵੀਰ ਮਲਕ ਨਦੀਮ ਸ਼ਾਹ ਸਾਹਿਬ ਅਤੇ ਮੀਡੀਆ ਪਰਸਨ ਨੇ ਬਹੁਤ ਅੱਛੇ ਅਤੇ ਫਨਕਾਰਾਂ ਨੂੰ ਬੜਾ ਪ੍ਰਮੋਟ ਕਰਦੇ ਨੇ ਅਤੇ ਨਾ ਆਪਣਾ ਚੈਨਲ ਬਣਾਇਆ ਯੂਟਿਊਬ 'ਤੇ SKD ਅਤੇ ਜਿੰਨਾ ਵੀ ਪਿਆਰ ਹੋ ਸਕਦਾ ਨਾ ਇਸ ਚੈਨਲ ਨਾਲ ਤੁਸੀਂ ਕਰਨਾ, ਜਿਵੇਂ ਤੁਸੀਂ ਸਾਡੇ ਨਾਲ ਪਿਆਰ ਕੀਤਾ ਇੰਝ ਹੀ ਮਲਕ ਸਾਹਿਬ ਦੇ ਚੈਨਲ ਨਾਲ ਪਿਆਰ ਕਰਨਾ, ਲਾਈਕ ਜ਼ਰੂਰ ਕਰਨਾ, ਸਬਸਕ੍ਰਾਈਬ ਜ਼ਰੂਰ ਕਰਨਾ, ਹਾਂ ਬਲਕਿ ਬੈੱਲ ਆਈਕਾਨ ਜ਼ਰੂਰ ਦਬਾਉਣੀ। ਜਿਵੇਂ ਘਰ ਬੰਦਾ ਕੋਈ ਆਉਂਦਾ ਤਾਂ ਬਾਹਰੋਂ ਬੈੱਲ ਦਬਾਉਂਦਾ ਨਾ, ਬੈੱਲ ਆਈਕਾਨ ਜ਼ਰੂਰ ਦਬਾਉਣੀ ਤਾਂ ਕਿ ਨਵੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਕੋਲ ਜਲਦੀ ਤੋਂ ਜਲਦੀ ਪਹੁੰਚਣ। ਨਵੇਂ ਤੋਂ ਨਵੇਂ ਤੇ ਅੱਛੇ ਤੋਂ ਅੱਛੇ ਆਰਟਿਸਟਾਂ ਨੂੰ ਇਨਸ਼ਾਅੱਲਾ ਮੈਂ ਕੋਸ਼ਿਸ਼ ਹੋ ਗਈ ਹਮਾਰੀ ਕਿ ਮੈਂ ਨਿਊ ਟੈਲੈਂਟ ਕੋ ਵੀ ਬੇਸ਼ੁਮਾਰ ਪ੍ਰਮੋਟ ਕਰੂੰ, ਜੈਸਾ ਕਿ ਮੈਂ ਪਹਿਲੇ ਕਰਤਾ ਰਹਾ ਹੂੰ। ਇਸੇ ਤਰ੍ਹਾਂ ਇਨਸ਼ਾਅੱਲਾ ਆਉਣ ਵਾਲੇ ਵਕਤ ਮੈਂ ਆਪਣੇ ਚੈਨਲਸ ਤੇ ਵੀ ਮੈਂ ਆਪਣੇ ਆਰਟਿਸਟਾਂ ਕੋ ਇਸੇ ਤਰ੍ਹਾਂ ਪ੍ਰਮੋਟ ਕਰਾਂ ਤੇ ਇਨਸ਼ਾਅੱਲਾ ਤੁਸੀਂ, ਇਹ ਬੜਾ ਅੱਛਾ ਇੰਟਰਟੇਨਮੈਂਟ ਚੈਨਲ ਹੈ, ਇਹਨੂੰ ਲਾਜ਼ਮੀ ਸਬਸਕ੍ਰਾਈਬ ਕਰਨਾ ਹੈ ਅਤੇ ਬੈੱਲ ਆਈਕਾਨ ਜ਼ਰੂਰ ਦਬਾਉਣੀ, ਹਾਂ ਬਲਕਿ ਆਪਣੇ ਦੋਸਤਾਂ ਸ਼ੇਅਰ ਵੀ ਕਰਨਾ ਅਤੇ ਉਹਨਾਂ ਕੋਲ ਵੀ ਸਬਸਕ੍ਰਾਈਬ ਅਤੇ ਬੈੱਲ ਆਈਕਾਨ ਜ਼ਰੂਰ ਦਬਾਉਣੀ ਹੈ ਤਾਂ ਕਿ ਨਵੀਆਂ ਆਉਣ ਵਾਲੀਆਂ ਤੁਹਾਡੇ ਕੋਲ ਵੀਡੀਓ ਜਲਦੀ ਤੋਂ ਜਲਦੀ ਪਹੁੰਚਣ। ਹਾਂ ਅਤੇ ਬਲਕਿ ਤੁਸੀਂ ਨਾ ਇਹ ਚੈਨਲ ਨੂੰ, ਬੜਾ ਅੱਛਾ ਚੈਨਲ ਹੋਏਗਾ ਇਨਸ਼ਾਅੱਲਾ, ਮੈਨੂੰ ਉਮੀਦ ਹੈ ਇਹਦੇ 'ਤੇ ਬੜੇ ਅੱਛੇ ਤੋਂ ਅੱਛੇ ਫਨਕਾਰ ਤੁਹਾਨੂੰ ਮਿਲਣਗੇ, ਤੁਹਾਨੂੰ ਇੰਟਰਟੇਨਮੈਂਟ ਕਰਨਗੇ। ਪੀ ਕੇ ਰਣਵਰੀਤ ਜੈਸੇ ਆਰਟਿਸਟ, ਇਸੇ ਵੀ ਬਹੁਤ ਜ਼ਿਆਦਾ ਆਰਟਿਸਟ, ਜਿੰਨੇ ਵੀ ਸੀਨੀਅਰ ਆਰਟਿਸਟ ਹੈ ਇਨਸ਼ਾਅੱਲਾ, ਹਾਂਜੀ ਸਭ ਬਹੁਤ ਪਿਆਰ ਕਰਦੇ ਹੈ। ਔਰ ਆਉਣ ਵਾਲੇ ਵਾਲੇ ਵਕਤ ਮੈਂ ਇਨਸ਼ਾਅੱਲਾ SKD ਚੈਨਲਸ ਪੇ ਆਪਕੋ ਇਸਕੇ ਇੰਟਰਵਿਊ ਦੇਖਣੇ ਮਿਲੇਗਾ, ਇਸਮੇ ਆਪ ਸਬਸਕ੍ਰਾਈਬ ਜ਼ਰੂਰ ਕੀਜੀਏਗਾ ਤਾਂ ਕਿ ਜੋ ਵੀ ਨਈ ਵੀਡੀਓ ਆਏ ਆਪ ਉਸੇ ਦੇਖ ਸਕੇ ਜੀ। ਲਵ ਯੂ, ਥੈਂਕ ਯੂ, ਥੈਂਕ ਯੂ।